ਗੁਰੂ ਪਿਆਰੀ ਸਾਧ ਸੰਗਤ ਜੀਓ, ਸਾਡੇ ਬਹੁਤ ਹੀ ਸਤਿਕਾਰਯੋਗ ਹੈੱਡ ਗ੍ਰੰਥੀ ਗੁਰਦੁਆਰਾ ਜੰਡ ਸਾਹਿਬ ਪਾਤਸ਼ਾਹ ਛੇਵੀਂ ਸਾਡੇ ਵੀਰ ਕੁਲਦੀਪ ਸਿੰਘ ਜੀ, ਜੋ ਕਿ 4 ਸਾਲ ਗੁਰਦੁਆਰਾ ਜੰਡ ਸਾਹਿਬ ਵਿਖੇ ਹੈੱਡ ਗ੍ਰੰਥੀ ਵਜੋਂ ਸੇਵਾਵਾਂ ਨਿਭਾਈਆਂ। ਸੋ ਪਿਛਲੇ ਸਮੇਂ ਗੁਰ ਸੰਗਤਾਂ ਵੱਲੋਂ, ਜੋ ਕਿ ਆਪਣੇ ਸੰਗਤਾਂ ਵਿਦੇਸ਼ਾਂ ਦੀ ਧਰਤੀ 'ਤੇ ਬੈਠੀਆਂ, ਉਹਨਾਂ ਨੇ ਪਿਆਰ ਬਖਸ਼ਿਆ, ਵੀਜ਼ਾ ਦੇ ਕੇ ਭਾਈ ਸਾਹਿਬ ਨੂੰ ਕੈਨੇਡਾ ਦੀ ਧਰਤੀ 'ਤੇ ਬੁਲਾਇਆ। ਸੋ ਉੱਥੇ 4 ਤੋਂ 5 ਮਹੀਨੇ ਸੇਵਾਵਾਂ ਕਰਕੇ ਸਿੱਖੀ ਦਾ ਪ੍ਰਚਾਰ ਕਰਦੇ ਹੋਏ ਸਾਡੇ ਬਹੁਤ ਹੀ ਸਤਿਕਾਰਯੋਗ ਬਾਈ ਕੁਲਦੀਪ ਸਿੰਘ ਜੀ, ਸੋ ਅੱਜ ਪਿੰਡ ਰਾਉਕੇ ਕਲਾਂ ਆਪਣੇ ਪਿੰਡ ਆਪਣੇ ਵਤਨ ਪਰਤੇ ਆ। ਸੋ ਅਸੀਂ ਸਮੁੱਚੇ ਪਿੰਡ ਰਾਉਕੇ ਕਲਾਂ ਵੱਲੋਂ ਗੁਰਦੁਆਰਾ ਪ੍ਰਬੰਧਕ ਕਮੇਟੀ 6ਵੇਂ ਪਾਤਸ਼ਾਹ, ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰਦੁਆਰਾ ਜੰਡ ਸਾਹਿਬ ਅਤੇ ਡੇਲੀ ਰਾਉਕੇ ਨਿਊਜ਼ ਵੱਲੋਂ, ਹੋਰ ਵੀ ਨਗਰ ਦੀਆਂ ਕਲੱਬਾਂ ਵੱਲੋਂ ਇਹਨਾਂ ਦਾ ਪਿੰਡ ਪਹੁੰਚਣ 'ਤੇ ਨਿੱਘਾ ਸਵਾਗਤ ਕਰਦੇ ਹਾਂ। ਜਿੰਨੀਆਂ ਵੀ ਸੰਗਤਾਂ ਅੱਜ ਦੇ ਸਮਾਗਮ ਦੇ ਵਿੱਚ, ਅੱਜ ਦੀ ਬਾਣੀ ਦੇ ਪ੍ਰਵਾਹ ਦੇ ਵਿੱਚ ਜਾਂ ਇਹਨਾਂ ਦੇ ਸਨਮਾਨ ਵਿੱਚ ਇਕੱਤਰ ਹੋਈਆਂ, ਜਿੱਦਾਂ ਦਾ ਵੀ ਸਨਮਾਨ ਬਖਸ਼ਿਆ, ਸਿਰ ਮੱਥੇ ਸਰੋਪਾਜ ਤੋਂ ਲੈ ਕੇ ਸੋ ਸਨਮਾਨ ਚਿੰਨ੍ਹ ਭੇਟ ਕੀਤਾ, ਸੋ ਸਾਰੀਆਂ ਸੰਗਤਾਂ ਦਾ ਦਿਲ ਦੀਆਂ ਗਹਿਰਾਈਆਂ 'ਚ ਧੰਨਵਾਦ ਕਰਦੇ ਹਾਂ। ਸੋ ਬਾਬਾ ਜੀ ਨੂੰ ਬੇਨਤੀ ਕਰਦੇ ਹਾਂ, ਇਸੇ ਤਰ੍ਹਾਂ ਪਿਆਰ ਖੁਆਕ ਬਣਾ ਕੇ ਆਪਾਂ ਜਿੰਨੀ ਜੋਗੇ ਵੀ ਹੋਏ, ਕਿਉਂਕਿ ਬਾਬਾ ਜੀ ਨੇ ਦੱਸਿਆ ਕਿ ਕੱਲ੍ਹ ਨੂੰ ਹਜ਼ੂਰ ਸਾਹਿਬ ਨੂੰ ਚਾਲੇ ਪਾ ਰਹੇ ਆ, ਤਾਂ ਸੰਗਤਾਂ ਵੱਲੋਂ ਬੇਨਤੀ ਹੋਈ ਆ ਕਿ ਉੱਥੇ 15 ਦਿਨ ਦੀ ਜਿਹੜੀ ਕਥਾ ਕਰਨੀ ਹੈ। ਸੋ ਉਸ ਤੋਂ ਬਾਅਦ ਅਸੀਂ ਬੇਨਤੀ ਕਰਦੇ ਹਾਂ ਕਿ ਜਿੰਨਾ ਹੋ ਸਕੇ ਗੁਰਦੁਆਰਾ ਜੰਡ ਸਾਹਿਬ ਜਿੱਥੇ ਵੀ ਹੋ ਸਕੇ ਸਾਨੂੰ ਸਮਾਂ ਜ਼ਰੂਰ ਦਿਆ ਕਰੋ, ਥੋੜ੍ਹਾ ਥੋੜ੍ਹਾ ਸਮਾਂ ਕਥਾ ਦੇ ਲਈ, ਵਿਚਾਰਾਂ ਦੇ ਲਈ ਸਾਡੇ ਲਈ ਜ਼ਰੂਰ ਕੱਢਿਆ ਕਰੋ। ਕਿਉਂਕਿ ਜਦੋਂ ਕਿਤੇ ਇਨਸਾਨ ਚਲਿਆ ਜਾਂਦਾ, ਵਿਦੇਸ਼ਾਂ ਦੀ ਧਰਤੀ ਚਲਿਆ ਜਾਂਦਾ, ਤਾਂ ਨਾਮ ਵੱਡਾ ਹੋ ਜਾਂਦਾ, ਪਰ ਇਹ ਨਿਮਾਣੇ ਆ, ਇਹ ਸਾਡੀ ਬੇਨਤੀ ਨੂੰ ਮਨਜ਼ੂਰ ਕਰਨਗੇ। ਸੋ ਇਸੇ ਤਰ੍ਹਾਂ ਸੇਵਾਵਾਂ ਦਿੰਦੇ ਰਹਿਣਗੇ, ਗੁਰੂ ਸਾਹਿਬ ਦੀ ਸਿੱਖੀ ਦਾ ਪ੍ਰਚਾਰ ਕਰਦੇ ਰਹਿਣਗੇ। ਸੋ ਇੰਨੀਆਂ ਬੇਨਤੀਆਂ ਕਰਦਾ ਹੋਇਆ ਮੈਂ ਖਿਮਾ ਦਾ ਜਾਚਕਾਂ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੰਦੇ ਹੁੰਦੇ ਨੇ ਇੰਨੇ ਵੱਡੇ ਕਰਮ ਹੋਵਣ ਤੇ ਮਨੁੱਖਾ ਜੀਵਨ ਲੱਗਦਾ ਹੈ। ਬੋਰਡ ਦੇ ਉੱਪਰ ਜਿੰਨੀਆਂ ਗੋਲਾਂ ਹੋਵਣ, ਇੰਨੇ ਵੱਡੇ ਕਰਮ ਹੋਵਣ ਤੇ ਸਿੱਖਾਂ ਦੇ ਘਰੇ ਜੰਮਣਾ ਮਿਲਦਾ ਹੈ। ਉਹਨਾਂ ਗੋਲਾਂ ਦੇ ਅੰਦਰ ਜਿੰਨੇ ਬੀਜ ਹੁੰਦੇ ਨੇ, ਇੰਨੇ ਵੱਡੇ ਕਰਮ ਹੋਵਣ, ਅੰਮ੍ਰਿਤ ਦੀ ਦਾਤ ਮਿਲਦੀ ਹੈ ਤੇ ਬ੍ਰਹਮ ਵਿਦਿਆ ਮਿਲਦੀ ਹੈ। ਸੱਚੇ ਸਤਿਗੁਰਾਂ ਨੇ ਅਪਾਰ ਬਖਸ਼ਿਸ਼ ਕੀਤੀ ਹੈ। ਜਿੱਥੇ ਮਨੁੱਖਾ ਜੀਵਨ, ਬਾਬਾ ਦੇਵ ਸਿੰਘ ਜੀ ਜੋਗੇਵਾਲ ਵਾਲੇ, ਮੇਰੇ ਉਸਤਾਦ ਜੀ ਗਿਆਨੀ ਸਤਨਾਮ ਸਿੰਘ ਜੀ, ਜਿੱਥੇ ਮੈਂ ਮੁੱਢਲੀ ਵਿਦਿਆ ਲਈ, ਉਪਰੰਤ ਦਮਦਮੀ ਟਕਸਾਲ ਅਜਨਾਲਾ ਵਿਖੇ ਸਾਰੀ ਆਪਣੀ ਸੰਥਿਆ ਸੰਪੂਰਨ ਕੀਤੀ। 5 ਸਿੰਘਾਂ ਦੀ ਸੇਵਾ ਚ ਲੱਗ ਕੇ ਬਾਟੇ ਦੀ ਸੇਵਾ ਤੇ ਅਮਰ ਸੰਚਾਰ ਦੀ, ਪੰਥ ਦੀ ਮਹਾਨ ਸੇਵਾ ਕਰੀ। ਉਸ ਤੋਂ ਬਾਅਦ ਕੁਝ ਸਮਾਂ ਸੁਰ ਸਿੰਘ ਬਾਬਾ ਅਵਤਾਰ ਸਿੰਘ ਹੋਣਾ ਦੇ ਕੋਲੇ ਵੀ ਰਹੇ, ਗਿਆਨੀ ਸੁਲੱਖਣ ਸਿੰਘ ਜੀ ਤੁਹਾਨੂੰ ਲੰਗਾ ਦਮਦਮੀ ਟਕਸਾਲ ਵਾਲੇ, ਜਿਨ੍ਹਾਂ ਕੋਲੇ ਮੈਂ ਸਾਰੇ ਆਪਣੇ ਵਿਦਾਂਤ ਦੇ ਗ੍ਰੰਥ ਪੜ੍ਹੇ ਔਰ ਕਥਾ ਦੀ ਵਿਦਿਆ ਪ੍ਰਾਪਤ ਕੀਤੀ। ਅਰਦਾਸ ਕਰੀਦੀ ਸੀ, ਕਦੇ ਕਿਸੇ ਨੂੰ ਆਖਿਆ ਨਹੀਂ ਸੀ ਵੀ ਲੰਗਰ ਦੇ ਵਿੱਚ ਡਿਊਟੀ ਮਿਲੇ ਜਾਂ ਡਿਊਟੀ ਕਰਨੀ ਹੈ। ਇਹਨਾਂ ਦੀ ਸਹਿਮਤੀ ਜਿਤਾਈ, ਲੰਗਰ ਨੇ ਸਹਿਯੋਗ ਦਿੱਤਾ। 2019 ਦੇ ਅੰਦਰ 14 ਅਗਸਤ ਨੂੰ ਇੱਥੇ ਡਿਊਟੀ ਸ਼ੁਰੂ ਕੀਤੀ ਸੀ ਔਰ 4 ਸਾਲਾਂ ਦੇ ਵਿੱਚ ਫਿਰ ਸਾਰੀ ਕਮੇਟੀ ਦੇ ਸਹਿਯੋਗ ਦੇ ਨਾਲ ਜਿਹੜੀ ਤਖਤਾਂ ਦੀ ਕਥਾ ਗਈ, ਇਤਿਹਾਸ ਦੀ ਕਥਾ ਗਈ, ਤਕਰੀਬਨ 6 ਪੋਥੀਆਂ ਬਾਹਰ ਸੀ, ਨਾ ਕੋਈ ਰਿਸ਼ਤੇਦਾਰ ਬਾਹਰ ਸੀ ਅਤੇ ਨਾ ਹੀ ਕਦੇ ਸੋਚਿਆ ਸੀ ਇੱਥੇ ਅਰਦਾਸਾਂ ਕਰੀਦੀਆਂ ਸੀ ਵੀ ਫਲਾਨੇ ਦਾ ਜਵਾਕ ਬਾਹਰ ਉੱਠ ਜੇ, ਕਿਸੇ ਨੂੰ PR ਮਿਲ ਗਈ, ਕਿਸੇ ਦੀ ਪਹਿਲੀ ਤਨਖਾਹ ਆਈ ਆ, ਪਰ ਇਹ ਮਨ ਚ ਕਦੇ ਇੱਛਾ ਨਹੀਂ ਜਿਤਾਈ ਸੀ, ਪਰ ਸੋਚੀ ਦਾ ਜ਼ਰੂਰ ਸੀ। ਪਰ ਐਸੀ ਦੇਵਨੇਤ ਪਰਮੇਸ਼ਵਰ ਨੇ ਪ੍ਰਤੱਖ ਹੋ ਕੇ ਵਰਤੇ
ਮੇਰੀ ਉਨੀ ਸੇਵਾ ਨਹੀਂ ਸੀ ਜਿੰਨੀ ਇੱਕ ਹੈੱਡ ਗ੍ਰੰਥੀ ਦੀ ਹੁੰਦੀ ਹੈ ਔਰ ਜਿੰਨੀ ਡਿਊਟੀ ਹੁੰਦੀ ਹੈ। ਇਹ ਮੈਂ ਗੱਲ ਖੁਦ ਵੀ ਮੰਨਦਾ ਵੀ ਸਮੇਂ ਨੂੰ ਲੈ ਕੇ ਜਾਂ ਹੋਰ ਚੀਜ਼ਾਂ ਨੂੰ ਲੈ ਕੇ ਬਹੁਤ ਗਲਤੀਆਂ ਸੀ ਔਰ ਮਹਾਰਾਜ ਨੇ ਫਿਰ ਵੀ ਬਹੁਤ ਤਰਸ ਕੀਤਾ ਔਰ ਇਹਨਾਂ ਚੀਜ਼ਾਂ ਤੋਂ ਲੈ ਕੇ ਜਿਹੜਾ ਮਹਾਰਾਜ ਦਾ ਸਤਿਕਾਰ ਰੱਖਣਾ ਮਰਿਆਦਾ ਰੱਖਣਾ ਜੋ ਦਮਦਮੀ ਟਕਸਾਲ ਤੋਂ ਸਿੱਖਿਆ ਸੀਗਾ ਉਹ ਜਿੰਨੀ ਕੁ ਮੱਤ ਸੀ ਉਸੇ ਅਨੁਸਾਰ ਕੀਤਾ। ਵਿਦੇਸ਼ਾਂ ਦੇ ਅੰਦਰ ਕਹਿਣਗਰੀ ਤੋਂ ਮੈਨੂੰ ਰਿਸਪੋਂਸ ਆਈ ਦਸ਼ਮੇਸ਼ ਕਲਚਰ ਸੈਂਟਰ ਜਿਹੜੀ ਉਹ ਸਟੇਜ ਹੈ ਜਿੱਥੇ ਹਰ ਇੱਕ ਜਥਾ ਤਰਸਦਾ ਜਾ ਵੀ ਇਹ ਸਟੇਜ ਦੇ ਉੱਪਰ ਸਾਨੂੰ ਇੱਕ ਮਹੀਨਾ ਮਿਲ ਜੇ ਛਿਆਂ ਚੋਂ ਬਹੁਤ ਔਰ ਸੰਗਤ ਜੀ ਮੈਂ ਉੱਥੇ 3 ਮਹੀਨੇ ਲਗਾਤਾਰ ਕਥਾ ਕੀਤੀ ਔਰ ਉਸ ਤੋਂ ਬਾਅਦ ਸਰੀ ਗੁਰੂ ਨਾਨਕ ਸਾਹਿਬ ਗੁਰਦੁਆਰਾ ਨੰਗਲੀ ਵਾਲੇ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਦਮਦਮਾ ਸਾਹਿਬ ਦੇ ਹੈੱਡ ਗ੍ਰੰਥੀ ਰਾਗੀ ਸਾਹਿਬ ਤੇ ਜਦੋਂ ਮੈਨੂੰ ਸਟੇਜ ਤੇ ਆਵਾਜ਼ ਵੱਜਦੀ ਸੀ ਹੁਣ ਗਿਆਨੀ ਕੁਲਦੀਪ ਸਿੰਘ ਰੌਸਕਿਆਂ ਵਾਲੇ ਕਥਾ ਕਰਨਗੇ ਤੇ ਮੂਹਰੇ ਪੰਥ ਦੇ ਸਾਹਮਣੇ ਬੈਠੇ ਹੁੰਦੇ ਸੀ ਜਿਨ੍ਹਾਂ ਨੂੰ ਵੇਖ ਕੇ ਆਉਂਦਾ ਵੀ ਹੁਣ ਕੀ ਬੋਲਾਂਗੇ ਤੇ ਇਹਨਾਂ ਨੂੰ ਕੀ ਸੁਣਾਵਾਂ। ਫਿਰ ਇੱਕੋ ਹੀ ਅਰਦਾਸ ਕਰੀਦੀ ਸੀ ਵੀ ਸੱਤਵੇਂ ਪਾਤਸ਼ਾਹ ਨੇ ਜਦੋਂ ਛੱਜੂ ਝੀਵਰ ਨੂੰ ਸੱਦਿਆ ਸੀ ਗੀਤਾ ਦੇ ਅਰਥ ਕਰਨ ਨੂੰ ਉਹਦੀ ਕੋਈ ਤਿਆਰੀ ਨਹੀਂ ਸੀ, ਉਹਦੀ ਕੋਈ ਵਿਦਿਆ ਨਹੀਂ ਪੜ੍ਹਿਆ ਸੀ ਵੀ ਮਹਾਰਾਜ ਨੇ ਗੁੰਗਿਆਂ ਤੋਂ ਅਰਥ ਕਰਵਾ ਲਏ ਸੀ। ਔਰ ਸੰਗਤ ਜੀ ਬਹੁਤ ਲਾਜ ਪਰਮੇਸ਼ਰ ਨੇ ਰੱਖੀ ਆ, ਸਰੀ ਦੇ ਗੁਰਦੁਆਰੇ ਇੱਕ ਮਹੀਨਾ ਲਾਇਆ ਉਹਨਾਂ ਨੇ ਰਿਸਪੋਂਸਰ ਦੇ ਕੇ ਤੋਰਿਆ, ਐਪ ਸਪੋਰਟ ਇੱਕ ਮਹੀਨਾ ਕਲਗੀ ਧਰ ਦਰਬਾਰ ਲਾਇਆ ਉਹਨਾਂ ਨੇ ਬੁਕਿੰਗ ਕਰ ਲਈ, ਕੈਲਗਰੀ 3 ਮਹੀਨੇ ਲਾਇਆ ਉਹਨਾਂ ਨੇ ਰਿਸਪੋਂਸਰ ਕੀਤੀ ਆ। ਔਰ ਖਾਸ ਤੌਰ ਤੇ ਅਮੈਰੀਕਾ ਦੇ ਵਿੱਚੋਂ ਰਿਸਪੋਂਸਰ ਆਈ ਆ ਸਿਆਟਲ ਦੇ ਵਿੱਚ ਗੁਰੂ ਘਰ ਮੰਗਲਾ, ਔਰ ਸਪੈਸ਼ਲ ਫੋਨ ਵੀ ਆਇਆ ਵੀ ਜਿਹੜੀ ਇਤਿਹਾਸ ਦੀ ਕਥਾ ਇਹਦੀ ਰਿਕਾਰਡਿੰਗ ਕਰਾਉਣੀ ਚਾਹੁੰਦੇ ਆ ਅਮੈਰੀਕਾ ਦੇ ਵਿੱਚ। ਹੁਣ ਅੱਗੇ ਜਿਵੇਂ ਵੀ ਮਹਾਰਾਜ ਸਮਾਂ ਬਖਸ਼ਣਗੇ ਉਹ ਹਿਸਾਬ ਨਾਲ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵਿਚਰਾਂਗੇ ਜੀ। ਹੁਣ ਫਿਲਹਾਲ 3 ਤਰੀਕ ਤੇ ਗੁਰੂ ਕਲਗੀ ਧਰ ਦਾ ਸਤਿਕਾਰ, ਬੇਅੰਤ ਭੁੱਲਾਂ ਗਲਤੀਆਂ ਹੋਈਆਂ ਹੋਣਗੀਆਂ ਇੱਥੇ ਵਿਚਰਦਿਆਂ ਤੋਂ ਪ੍ਰਬੰਧ ਨੂੰ ਲੈ ਕਰਕੇ, ਪਰ ਸੱਚੇ ਪਾਤਸ਼ਾਹ ਨੇ ਤਰਸ ਕੀਤਾ ਭਾਈ ਕਾਕੋ ਹੰਸ ਬਣਾਇਆ। ਔਰ ਜਿੱਥੇ ਰਿਸਪੋਂਸਰਾਂ ਲਈ ਮਿਹਨਤਾਂ ਕਰਨੇ ਹੁੰਦੇ, ਬਗਤ ਲਈ ਮਿਹਨਤਾਂ ਕਰਨੇ ਹੁੰਦੇ ਆ, ਪਰ 6ਵੇਂ ਪਾਤਸ਼ਾਹ ਨੇ ਐਸੀਆਂ ਕਲਾ ਵਿਦੇਸ਼ਾਂ ਦੇ ਅੰਦਰ ਵਰਤਾਈਆਂ ਜਿਨ੍ਹਾਂ ਤੋਂ ਮੈਂ ਵੀ ਜਾਣੂ ਨਹੀਂ ਸੀ ਵੀ ਇਹ ਕੁਛ ਹੋਊਗਾ ਉੱਥੇ ਜਾ ਕੇ। ਸੱਚੇ ਪਾਤਸ਼ਾਹ ਨੇ ਅੱਜ ਦੀ ਘੜੀ ਕੋਈ ਕਮੀ ਨਹੀਂ ਛੱਡੀ ਜਿੰਨੀ ਮੈਥੋਂ ਸੇਵਾ ਹੋਈ ਕੀਤੀ। ਹੁਣ ਬਾਬਾ ਜੀ ਇੱਥੋਂ ਦੇ ਹੈੱਡ ਗ੍ਰੰਥੀ ਨੇ ਔਰ ਨਗਰ ਨੂੰ ਇਹ ਲੋੜ ਆ ਵੀ ਇਹਨਾਂ ਦਾ ਸਹਿਯੋਗ ਕਰਕੇ ਮਾਈਆਂ ਬੀਬੀਆਂ ਆ ਕੇ ਬਹਿ ਜਾਂਦੀਆਂ ਸੀ ਗੁਰੂ ਨਾਨਕ ਪਾਤਸ਼ਾਹ ਦਾ ਇਤਿਹਾਸ ਹੋਰ ਸਾਰਾ, ਔਰ ਗੁਰਦੁਆਰੇ ਨੂੰ ਅਜੇ ਨਿਤਨੇਮ ਤੱਕ ਸੰਪੂਰਨ ਨਾ ਰੱਖੀਏ, ਇੱਥੇ ਕਥਾ ਵਾਰਤਾ ਹੋਵੇ, ਸੁਭਾ ਕਰਨ ਬਾਬਾ ਜੀ ਕਥਾ।